ਸਾਡਾ ਜਿਹੜਾ ਅਗਰਵਾਲ ਸਮਾਜ ਆ ਉਹਨਾਂ ਦੇ ਪ੍ਰਧਾਨ ਸਾਹਿਬ ਸਾਡੇ ਡੀ ਸਾਹਿਬ ਦੇ ਡੈਡੀ ਨੂੰ ਉਹਨਾਂ ਦੀ ਪੂਰੀ ਟੀਮ ਇਹ ਸਮਾਨ ਲੈ ਕੇ ਆਈ ਆ ਮੁੱਕੇ ਤੋਂ ਸੰਦਰ ਅਗਰਵਾਲ ਜੀ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਔਰ ਪੰਜਾਬ ਐਸਾ ਪੰਜਾਬ ਤਾਂ ਹੀ ਹਮੇਸ਼ਾ ਔਖੇ ਟਾਈਮ ਚੋਂ ਨਿਕਲ ਜਾਂਦਾ ਕਿਉਂਕਿ ਆਪਾਂ ਸਾਰੇ ਲੋਕ ਔਖੇ ਟਾਈਮ ਤੇ ਇੱਕ ਦੂਜੇ ਦੀ ਬਹੁਤ ਮਦਦ ਕਰਦੇ ਹਾਂ ਇੱਕ ਦੂਜੇ ਦੀ ਬਹੁਤ ਬਾਹਾਂ ਫੜਦੇ ਹਾਂ ਇਹਨੂੰ ਹੀ ਪੰਜਾਬ ਕਹਿੰਦੇ ਇਹਨੂੰ ਪੰਜਾਬੀਅਤ ਕਹਿੰਦੇ ਆ ਇਹ ਸਾਨੂੰ ਸਿਖਾਇਆ ਜਾਂਦਾ ਇਹ ਸਾਡਾ ਹੈਰੀਟੇਜ ਹੈ ਇਹ ਸਾਨੂੰ ਵਿਰਸੇ ਦੇ ਵਿੱਚ ਮਿਲਿਆ ਕਿ ਕਿੱਦਾਂ ਦੁੱਖ ਸੁੱਖ ਦੇ ਟਾਈਮ ਦੇ ਉੱਤੇ ਇਕੱਠੇ ਹੋਣਾ ਸੋ ਪੰਜਾਬੀ ਕਈ ਵਾਰ ਡਿੱਗੇ ਕਈ ਵਾਰ ਉੱਠੇ ਪਰ ਏਦਾਂ ਹੀ ਉੱਠ ਪੈਂਦੇ ਆ ਜਦੋਂ ਆਪਣੇ ਭੈਣ ਭਰਾ ਨਾਲ ਮਦਦ ਕਰਦੇ ਆ ਇਸ ਕਰਕੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਅੱਗੇ ਵੀ ਚੱਲੇ ਜਿੱਥੇ ਜਿੱਥੇ ਵੀ ਲੋੜ ਹੈ ਅਸੀਂ ਤਾਂ ਪ੍ਰਬੰਧ ਕੀਤਾ ਮਨੁੱਖਾਂ ਦੇ ਖਾਣ ਲਈ ਵੀ ਤੇ ਆਪਣੇ ਜਾਨਵਰਾਂ ਦੇ ਡੰਗਰਾਂ ਦੀ ਹਰ ਚੀਜ਼ ਲਈ ਤੂੜੀ ਦਾ ਫੀਡ ਦਾ ਜਿੱਥੇ ਵੀ ਲੋੜ ਹੈ ਉਹਦਾ ਰੈਡੀ ਕੀਤਾ ਕੰਮ ਕਿਸੇ ਨੂੰ ਕੋਈ ਤੰਗੀ ਨਹੀਂ ਆਉਣ ਦਿੱਤੀ ਪਿਛਲੇ ਤਿੰਨ ਚਾਰ ਦਿਨ ਚ ਸਾਡੇ ਪ੍ਰਸ਼ਾਸਨ ਨੇ ਸਾਡੇ ਡੀ ਸੀ ਸਾਹਿਬ ਨੇ ਐਸ ਡੀ ਐਮ ਸਾਹਿਬ ਐਕਸ ਐਨ ਸਾਹਿਬ ਸਾਡੇ ਐਸ ਐਸ ਪੀ ਸਾਹਿਬ ਬਹੁਤ ਕੰਮ ਕੀਤਾ ਸਾਡੇ ਪਾਰਟੀ ਦੇ ਵਰਕਰਾਂ ਨੇ ਦੀਨਾਨਗਰ ਹਲਕੇ ਦੇ ਵਿੱਚ ਸਾਡੇ ਪਿੰਡ ਪੈਂਦੇ ਆ ਥੱਲੇ ਕਾਨੂੰਨ ਪਾਣੀ ਗਿਆ ਜਗਰੂਪ ਹੋਣਾ ਨੇ ਬਹੁਤ ਕੰਮ ਕੀਤਾ ਅਸੀਂ ਸਭ ਲੋਕ ਲੱਗੇ ਆ ਸਭ ਲੋਕ ਅਸੀਂ ਔਖੇ ਟਾਈਮ ਦੇ ਉੱਤੇ ਕਿਉਂਕਿ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਮਾਨ ਸਾਹਿਬ ਨੇ ਸਾਨੂੰ ਸਭ ਨੂੰ ਕਿਹਾ ਕਿ ਔਖੇ ਟਾਈਮ ਦੇ ਉੱਤੇ ਲੋਕਾਂ ਦੇ ਨਾਲ ਖੜਨਾ ਸੋ ਆਪਾਂ ਖੜੇ ਮੈਨੂੰ ਲੱਗਦਾ ਕਿ ਪਰਮਾਤਮਾ ਕਿਰਪਾ ਕਰੂ ਇੱਥੇ ਆਪਾਂ ਦੋ ਚਾਰ ਦਿਨ ਦੇ ਵਿੱਚ ਮਤਲਬ ਆਮ ਜ਼ਿੰਦਗੀ ਦੇ ਵਿੱਚ ਹੋ ਜਾਵਾਂਗੇ ਕੋਈ ਨਿਕਲ ਜਾਂਦਾ ਥੈਂਕ ਯੂ ਮੈਂ ਸੁਰਿੰਦਰ ਅਗਰਵਾਲ ਅਖਿਲ ਭਾਰਤੀ ਅਗਰਵਾਲ ਸੰਮੇਲਨ ਦਾ ਪੰਜਾਬ ਦਾ ਪ੍ਰਧਾਨ ਹੈ ਸਾਨੂੰ ਪਤਾ ਲੱਗਿਆ ਅਸੀਂ ਰੋਜ਼ ਹੀ ਅਖਬਾਰਾਂ 'ਚ ਪੜ੍ਹਦੇ ਹਾਂ ਦੇਖਦੇ ਹੈ ਕਿ ਪੰਜਾਬ 'ਚ ਬੜੀ ਮੁਸ਼ਕਿਲ ਆਈ ਹੈ ਹੜ੍ਹ ਆਈ ਹੋਈ ਹੈ ਅਤੇ ਆਪਣੇ ਭੈਣ ਭਰਾ ਬੜੇ ਦਿੱਕਤ 'ਚ ਹੈ ਅਤੇ ਸਾਡੀ ਜਿਹੜੀ ਟੀਮ ਹੈ ਕਈ ਦਿਨਾਂ ਤੋਂ ਇਸ ਕੰਮ 'ਚ ਲੱਗੀ ਹੋਈ ਹੈ ਅੱਜ ਸਾਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਇੱਥੇ ਗੁਰਦਾਸਪੁਰ ਦਾ ਅਤੇ ਅਸੀਂ ਸਾਰੇ ਜਣੇ ਮੇਰੀ ਟੀਮ ਆਈ ਹੈ ਅਤੇ ਮੋਗੇ ਤੋਂ ਮਲੇਰਕੋਟਲਾ ਤੋਂ ਬਟਾਲਾ ਤੋਂ ਅਤੇ ਸਾਡੀ ਗੁਰਦਾਸਪੁਰ ਤੋਂ ਇਹ ਸਾਡੀ ਟੀਮ ਆਈ ਹੈ ਅਸੀਂ ਹੁਣ ਵੀ ਕੰਮ ਕਰ ਰਹੇ ਹਾਂ ਅੱਗੇ ਵਾਲੇ ਟਾਈਮ 'ਚ ਅਸੀਂ ਕੰਮ ਕਰਾਂਗੇ ਸਾਨੂੰ ਕੋਈ ਵੀ ਸੇਵਾ ਦਾ ਮੌਕਾ ਸਾਨੂੰ ਮੰਤਰੀ ਸਾਹਿਬ ਦੱਸਣ ਕਿਸੇ ਵੀ ਡਿਸਟ੍ਰਿਕਟ ਦੇ ਡੀਸੀ ਸਾਹਿਬ ਦੱਸਣ ਸਾਡੀ ਟੀਮ ਹਰ ਵਕਤ ਤਿਆਰ ਰਹਿੰਦੀ ਹੈ ਅਸੀਂ ਨਾਭੇ ਵੀ ਸਮਾਨ ਦੇ ਕੇ ਆਏ ਹਾਂ ਅਸੀਂ ਮਲੇਰਕੋਟਲਾ ਵੀ ਸਮਾਨ ਦਿੱਤਾ ਹੈਗਾ ਸੋਰੀ ਫਿਰੋਜ਼ਪੁਰ ਦੀ ਦਿੱਤਾ ਕਪੂਰਥਲਾ ਵੀ ਦੇ ਕੇ ਆਏ ਹਾਂ ਇੱਥੇ ਸਮਾਨ ਸਾਰਾ ਸਾਡੀ ਟੀਮ ਦੇ ਰਹੀ ਹੈਗੀ ਅਤੇ ਸਾਨੂੰ ਇਹ ਕਹਿਣ 'ਚ ਮਤਲਬ ਕਿ ਇਹ ਨਹੀਂ ਵਿਸ਼ ਕਰ ਰਹੇ ਹਾਂ ਸਾਨੂੰ ਅਸੀਂ ਆਪਣਾ ਫਰਜ਼ ਨਿਭਾ ਕੇ ਇਹ ਕਹਿੰਦੇ ਹਾਂ ਕਿ ਸਾਨੂੰ ਅਸੀਂ ਆਪਣੇ ਭਾਗਿਆਸ਼ਾਲੀ ਸਮਝਦੇ ਹਾਂ ਵੀ ਸਾਨੂੰ ਮੌਕਾ ਮਿਲਿਆ ਇਸ ਕੰਮ ਕਰਨ ਦਾ ਅਗਰਵਾਲ ਸਾਹਿਬ ਤੁਹਾਡੇ ਸਪੁੱਤਰ ਬਤੌਰ ਡੀਸੀ ਗੁਰਦਾਸਪੁਰ ਤੁਹਾਡੀ ਨੌਂਹ ਰਾਣੀ ਬਤੌਰ ਡੀਸੀ ਹੁਸ਼ਿਆਰਪੁਰ ਉਹ ਵੀ ਹੜਾਂ 'ਚ ਬੜਾ ਯੋਗਦਾਨ ਪਾ ਰਹੇ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਮੈਂ ਤਾਂ ਕਹਿੰਦਾ ਵੀ ਜਿੰਨਾ ਕੰਮ ਕਰਦੇ ਆ ਹੋਰ ਕਰੇ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਦੀ ਡਿਊਟੀ ਹੈ ਜਿੰਨੀ ਮਨੁੱਖਤਾ ਦੀ ਸੇਵਾ ਕਰ ਸਕਦੇ ਆ ਕਰਨੀ ਚਾਹੀਦੀ ਹੈ ਅਸੀਂ ਤਾਂ ਬੱਚਿਆਂ ਨੂੰ ਇਹ ਸਿਖਲਾਈ ਦਿੱਤੀ ਹੈ ਮੇਰੀ ਨੂੰਹ ਰਾਣੀ ਰਾਤ ਨੂੰ 10-11 ਵਜੇ ਤੱਕ ਘਰੇ ਪਹੁੰਚਦੀ ਹੈ ਬੇਟੇ ਦਾ ਮੈਨੂੰ ਪਤਾ ਨਹੀਂ ਮੇਰਾ ਫੋਨ ਨਹੀਂ ਚੱਕਦਾ ਉਹ ਮੈਂ ਤਾਂ 3-4 ਵਜੇ ਪਹੁੰਚਦੇ ਜੀ ਫੋਨ ਹੀ ਨਹੀਂ ਚੱਕਦੇ ਮੈਂ ਤਾਂ ਕਹਿੰਦਾ ਜਿੰਨਾ ਕਰ ਸਕਦੇ ਕਰੇ ਇਹ ਮੌਕਾ ਕਦੇ ਨਹੀਂ ਛੱਡਣਾ ਚਾਹੀਦਾ ਜਿੰਨੀ ਸੇਵਾ ਮਨੁੱਖਤਾ ਦੀ ਕਰਨੀ ਚਾਹੀਦੀ ਹੈ ਉਹ ਜ਼ਰੂਰ ਕਰੇ ਔਰ ਹੋਰ ਤਨ ਮਨ ਧਨ ਨਾਲ ਕਰੇ ਜਿੰਨਾ ਵੀ ਕਰ ਸਕਦਾ ਜ਼ਰੂਰ ਕਰਨੀ ਚਾਹੀਦੀ ਹੈ ਲੱਭ ਉਹਨਾਂ ਨੂੰ ਲੰਬੀ ਉਮਰ ਦੇਵੇ ਤੁਹਾਡਾ ਸਾਰਿਆਂ ਦਾ ਪਿਆਰ ਮਿਲੇ ਉਹਨਾਂ ਨੂੰ ਸੇਵਾ ਕਰਨ ਦਾ ਤੁਹਾਡੇ ਮੌਕਾ ਮਿਲੇ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਮੈਂ ਸਿਮਰਨ ਅਗਰਵਾਲ ਅਖਿਲ ਭਾਰਤੀ ਅਗਰਵਾਲ ਸੰਮੇਲਨ ਦੀ ਮਹਿਲਾ ਵਿੰਗ ਦੀ ਪੰਜਾਬ ਅਧਿਅਕਸ਼ ਅੱਜ ਅਸੀਂ ਆਪਣੀ ਸਾਰੀ ਪੰਜਾਬ ਟੀਮ ਦੇ ਨਾਲ ਇੱਥੇ ਇਸ ਮੌਕੇ ਤੇ ਪਹੁੰਚੇ ਹਾਂ ਕਿਸੇ ਵੀ ਕੁਦਰਤੀ ਆਪਦਾ ਦੇ ਵਿੱਚ ਅਗਰਵਾਲ ਸਮਾਜ ਹਮੇਸ਼ਾ ਹੀ ਸੇਵਾ ਤੇ ਸਮਰਪਣ ਦੀ ਮਿਸਾਲ ਬਣ ਕੇ ਖੜਾ ਹੋਇਆ ਹੈ ਤੇ ਅੱਜ ਸਾਡਾ ਸਾਰਾ ਪੂਰਾ ਦੇਸ਼ ਹੀ ਇਸ ਕੁਦਰਤੀ ਆਪਦਾ ਦੇ ਨਾਲ ਜੂਝ ਰਿਹਾ ਹੈ ਤੇ ਸਾਡੇ ਸਾਰੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਅੱਗੇ ਵੱਧ ਚੜ ਕੇ ਮਦਦ ਕਰੀਏ ਤੇ ਸਾਡਾ ਅਖਿਲ ਭਾਰਤੀ ਅਗਰਵਾਲ ਸੰਮੇਲਨ ਦੇ ਪ੍ਰਦੇਸ਼ ਅਧਿਅਕਸ਼ ਸ੍ਰੀ ਸੁਰਿੰਦਰ ਅਗਰਵਾਲ ਜੀ ਦੇ ਨਾਲ ਅਸੀਂ ਪਹੁੰਚੇ ਇੱਥੇ ਤੇ ਅਸੀਂ ਮੋਗਾ ਬਟਾਲਾ ਮਲੇਰਕੋਟਲਾ ਸਾਰੇ ਹੀ ਇੱਥੇ ਆਏ ਹਾਂ ਅਸੀਂ ਆਪਣੇ ਮਹਾਰਾਜ ਅਗਰ ਸਿੰਘ ਜੀ ਦੀ ਮਾਨਵਤਾਵਾਦ ਦੇ ਸਿਧਾਂਤ ਨੂੰ ਹੀ ਅੱਗੇ ਪ੍ਰਚਾਰ ਕਰ ਰਹੇ ਹਾਂ ਅਸੀਂ ਲੋਕਾਂ ਦੀ ਮਦਦ ਕਰਨਾ ਚਾਹਾਂਗੇ ਅਸੀਂ ਕਰਦੇ ਵੀ ਆ ਰਹੇ ਹਾਂ ਤੇ ਗਾਂ ਵੀ ਸਾਨੂੰ ਮੌਕਾ ਮਿਲੇਗਾ ਤੇ ਅਸੀਂ ਹਮੇਸ਼ਾ ਹੀ ਵੱਧ ਚੜ ਕੇ ਲੋਕਾਂ ਦੀ ਮਦਦ ਕਰਾਂਗੇ ਭਾਗਵਤ ਨੇ ਕੀ ਹਿਸਾਬ ਕਿਤਾਬ ਕਰੀ ਜਾਨੀ ਹੈ ਆ ਤੁਸੀਂ ਆਪ ਹੀ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਘਰ ਦਾ ਰਾਸ਼ਨ 5000 ਰੁਪਏ ਕੇਬਲ ਦਾ ਬਿੱਲ 500 ਦਾ ਹਾਂ ਆ ਦੁੱਧ ਦਾ ਖਰਚਾ 2000 ਦਾ
ਠੀਕ ਹੈ ਉੱਤੋਂ ਤੁਹਾਡੇ ਬਾਈਕ ਦੀ EMI 3000 ਰੁਪਈਆ ਇੱਕ ਹੋਰ ਖਰਚਾ ਖੜਾ ਹੋ ਗਿਆ ਆਪਾਂ ਨੂੰ ਨਾ ਹੋਰ ਕਾਹਦਾ ਖਰਚਾ ਆ ਗਿਆ ਇਨਵਰਟਰ ਖਰਾਬ ਹੋ ਗਿਆ ਆਪਣਾ ਪੂਰੇ 17000 ਦਾ ਖਰਚਾ ਹੈ ਮੈਂ ਬਿਜਲੀ ਵਾਲੇ ਨਾਲ ਗੱਲ ਕੀਤੀ ਸੀ ਵੀ ਉਹਨੂੰ ਠੀਕ ਕਰ ਦੋ ਉਹ ਕਹਿੰਦੇ ਇਹ ਨਹੀਂ ਹੋਣਾ ਇਹ ਤਾਂ ਨਵਾਂ ਹੀ ਲੈਣਾ ਪੈਣਾ ਆਪਾਂ ਨੂੰ ਲੈ ਦੱਸ ਭਾਗਵਾਨ ਨੇ ਤੂੰ ਕਮਲੀ ਹੋ ਗਈ ਹੈ ਨਾ ਇਨਵੇਟਰ ਤੂੰ ਚਟਣਾ ਉਹ ਪੰਜਾਬ 'ਚ ਤਾਂ ਬੱਤੀ ਜਾਂਦੀ ਨਹੀਂ 24 ਘੰਟੇ ਬੱਤੀ ਹੈ ਤੇ ਕੱਟ ਕੋਈ ਲੱਗਦਾ ਹੀ ਨਹੀਂ ਉੱਤੋਂ 600 ਯੂਨਿਟ ਮਾਫ ਹੈ ਇੱਕ ਤੇ ਭਲਾ ਹੋਵੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਜਿਹਦੇ ਕਰਕੇ ਇਹ ਸਾਨੂੰ ਸਹੂਲਤਾਂ ਮਿਲੀਆਂ ਨੇ ਸਹੀ ਹੈ ਪੰਜਾਬੀਓ 1 ਜੁਲਾਈ 2022 ਦਾ ਦਿਨ ਪੰਜਾਬ ਦੇ ਇਤਿਹਾਸ 'ਚ ਹਮੇਸ਼ਾ ਯਾਦ ਰੱਖਿਆ ਜਾਊ ਕਿਉਂਕਿ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਕਿ 1 ਸਾਲ ਨਿਰਵਿਘਨ ਪੂਰਾ ਹੋ ਗਿਆ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ